प्यार गल्लां देखभाल आपसी समझ समझौते लड़ाइयां मनाउणा यह सारा कुछ जिंदगी विच तद सिमट के आंदा जद असी एक जोड़ी दे मुताबिक एक रिश्ता निभाउने आ यानी कि पति पत्नी दे रिश्ते दी गल कर रही हां मैं। यह रिश्ता असी कदे भी नहीं समझ सकते कि असी मुकम्मल तरीके नाल सिख गया निभाना क्योंकि जिंदगी यह रिश्ता तो उम्र सानू सिखांदी ही रहिंदी है। यह रिश्ते नू निभाउणा बहुत औखा भी नहीं हुंदा नाले बहुत सौखा भी नहीं हुंदा। लोड़ सिर्फ इन्नी हुंदी है कि दोनों जीआं विच एक दूसरे नू फड़ के रखन दी एक दूसरे नू सोच विचार के समझण दी शक्ति होनी चाहीदी है नाल ही सारी उम्र च आ रही औकड़ां नू पार करन दी सकारात्मक सोच एक दूसरे नू जे असी देंदे रहिए ते जीवन दा जिहड़ा सफर है वह बहुत ही आसान हो जाता है। अज असी तुहानू एक अजिही ही कहानी सुनाउण जा रहे हैं। तुहानू मिलवा रही हां साडी अज दी सुपरस्टार नू पूनम जी दे नाल। पिंड तों एक शहर विच व्याहे आए बहुत कुछ देखिया बहुत बखूबी संभाल रहे ने अपने परिवार नू ते एक जॉइंट फैमिली हैगी है इना दी। सो आओ अज दे एपिसोड दे बहुत होर सारे पहलू फरोलदे आ इकट्ठे मिलके शुरुआत कर रहे हैं अज दे इस एपिसोड दी। तुसी वेख रहे हो सुपरस्टार नू। सत श्री अकाल जी। सत श्री अकाल जी। किवें हो? बहुत वधिया जी। बहुत वधिया लग भी रहे हो। पहला ते बहुत बहुत मुबारकबाद तुहानू तुसी अज दी साडी सुपरस्टार नू हो इन्ना खूबसूरत प्लेटफॉर्म अज तुहानू मिल रहा है ਤੁਹਾਡੀ ਕਹਾਣੀ ਰੂਬਰੂ ਹੋ ਰਹੀ ਹੈ। ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਮੈਂ ਇਸ ਪਲੇਟਫਾਰਮ ਤੇ ਪਹੁੰਚੀ ਹਾਂ। ਸੋ ਪੂਨਮ ਜੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਕੰਮ ਤੁਸੀਂ ਕੀ ਕੀਤਾ ਹੁਣ ਤੱਕ? ਉਹ ਮੈਨੂੰ ਲੱਗਦਾ ਜੇ ਕੱਪੜੇ ਧੋਣੇ। ਕੱਪੜੇ ਧੋਣੇ ਮੁਸ਼ਕਲ ਹੈ। ਹਾਂਜੀ। ਤੇ ਕਰਦਾ ਕਿਹੜਾ ਕੰਮ ਕਰਨਾ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ? ਕੁਕਿੰਗ ਕਰਨਾ। ਅੱਛਾ ਜੀ, ਕੁਕਿੰਗ ਕਰਨਾ ਪਸੰਦ। ਹਾਂਜੀ। ਸਿੱਖੀ ਕਿਹਦੇ ਤੋਂ? ਪਹਿਲਾਂ ਤੇ ਵੈਸੇ ਮੇਰੇ ਮੰਮੀ ਬਣਾਉਂਦੇ ਸੀ ਤੇ ਬਾਅਦ ਵਿੱਚ ਜਦੋਂ ਮੇਰੀ ਮੈਰਿਜ ਹੋ ਗਈ ਤੇ ਮੈਨੂੰ ਇਹਨੂੰ ਖਾਣਾ ਬਣਾਉਣਾ ਨਹੀਂ ਸੀ ਆਉਂਦਾ। ਇਹਨਾਂ ਨੇ ਨੈੱਟ ਤੇ ਵੇਖ ਕੇ ਸਾਰਾ ਕੁਝ ਮੈਨੂੰ ਸਿਖਾਇਆ। ਦੌਰ ਬਦਲ ਰਿਹਾ ਹੈ ਨਾ। ਅੱਛਾ, ਪੇਸ਼ੇ ਵਜੋਂ ਕੀ ਕਰਦੇ ਹੋ ਪੂਨਮ ਜੀ? ਸਟਿਚਿੰਗ ਵੀ ਕਰ ਲੈਣੀ ਹੈ। ਹਾਂਜੀ। ਵਾਹ, ਤੁਹਾਡਾ ਸੁਖੀ ਬੜਾ ਹੋਣਾ ਪੂਰੇ ਪਰਿਵਾਰ ਨੂੰ। ਆਪਣੀ ਕਰਦੇ ਹੋ ਜਾਂ ਪਰਿਵਾਰ ਦੇ ਵੀ ਕਰਦੇ ਹੋ? ਨਹੀਂ, ਪਰਿਵਾਰ ਦੇ ਵੀ ਕਰੀਦੇ ਆ। ਵਾਹ, ਕਮਾਲ ਹੈ। ਇੱਕ ਸ਼ਖਸ ਪੂਰੇ ਪਰਿਵਾਰ ਵਿੱਚੋਂ ਜਿਸ ਨੇ ਸਭ ਤੋਂ ਜ਼ਿਆਦਾ ਮਾਣ ਇੱਜ਼ਤ ਤੇ ਪਿਆਰ ਦਿੱਤਾ ਤੁਹਾਨੂੰ? ਵੈਸੇ ਤਾਂ ਮੈਨੂੰ ਸਾਰੇ ਇੱਜ਼ਤ ਵੀ ਦਿੰਦੇ ਆ ਤੇ ਮਾਣ ਵੀ ਦਿੰਦੇ ਆ, ਪਰ ਉਹਨਾਂ ਤੋਂ ਇਲਾਵਾ ਮੇਰੇ ਹਸਬੈਂਡ ਮੈਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਆ। ਮੈਂ ਇੱਥੋਂ ਤੱਕ ਕਿ ਮੈਂ ਪਿੰਡ ਨੂੰ ਬਿਲੋਂਗ ਕਰਦੀ ਆ ਜ਼ਿਆਦਾ ਤੇ ਪਿੰਡ ਦੇ ਮਾਹੌਲ ਦੇ ਵਿੱਚ ਰਹਿ ਉੱਥੋਂ ਦੇ ਮਾਹੌਲ ਕਰਕੇ ਮੈਂ ਇੱਥੇ ਨਹੀਂ ਐਡਜਸਟ ਕਰ ਪਈ, ਪਰ ਇਹਨਾਂ ਨੇ ਕਦੇ ਵੀ ਨਹੀਂ ਮੈਨੂੰ ਪਿੱਛੇ ਪੈਣ ਦਿੱਤਾ, ਮੈਨੂੰ ਸਭ ਤੋਂ ਪਹਿਲਾਂ ਅੱਗੇ ਕਰਦੇ ਨੇ। ਇਹੀ ਸਾਥੀ ਹੁੰਦਾ ਹੈ। ਹਾਂਜੀ, ਬਹੁਤ। ਹਾਂਜੀ, ਮੈਨੂੰ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ, ਮੈਨੂੰ ਪਿਆਰ ਵੀ ਦਿੰਦੇ ਨੇ। ਬਹੁਤ ਖੂਬ, ਮਿਲਵਾ ਦਿਓ ਜੀ ਸਾਰਿਆਂ ਨਾਲ। ਪਹਿਲੇ ਨੰਬਰ ਤੇ ਮੇਰੇ ਹਸਬੈਂਡ ਬੈਠੇ ਹੋਏ ਨੇ, ਸੋਨੀ ਕੁਮਾਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੇ ਤੁਹਾਡੇ ਤੋਂ ਜਾਣਨਾ ਚਾਹਾਂਗੀ, ਤੁਸੀਂ ਆਪਣੀ ਵੋਟੀ ਨੂੰ ਇੱਕ ਲਵਸ ਵਿੱਚ ਦਰਸਾਉਣਾ ਹੋਵੇ ਤੇ ਉਹ ਲਵਸ ਕੀ ਹੋਏਗਾ? ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ, ਤੁਸੀਂ ਮੇਰੀ ਵਾਈਫ ਨੂੰ ਐਡੇ ਵੱਡੇ ਪਲੇਟਫਾਰਮ ਤੇ ਲੈ ਕੇ ਆ ਰਹੇ ਹੋ, ਮੈਂ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ। ਤੇ ਬਾਕੀ ਗੱਲ ਰਹੀ ਕਿ ਮੇਰੀ ਵਾਈਫ ਨੂੰ ਇੱਕ ਲਫ਼ਜ਼ ਨਾਲ ਤੋਲਿਆ ਜਾ ਸਕਦਾ, ਮੈਂ ਨਹੀਂ ਸਮਝਦਾ ਕਿ ਇੱਕ ਲਫ਼ਜ਼ ਇਹਨਾਂ ਲਈ ਕਾਫੀ ਹੋਏਗਾ, ਤੇ ਮੈਂ ਇਹਨਾਂ ਲਈ ਪੂਰੀ ਇੱਕ ਲਾਈਨ ਗਾ ਕੇ ਦੱਸਣਾ ਚਾਹਾਂਗਾ। ਓ ਵਾਹ, ਗਾ ਰਹੇ ਹੋ ਜੀ? ਤੂੰ ਮੇਰੀ ਜ਼ਿੰਦਗੀ ਹੈ, ਤੂੰ ਮੇਰੀ ਹਰ ਖੁਸ਼ੀ ਹੈ, ਤੂੰ ਹੀ ਪਿਆਰ ਤੂੰ ਹੀ ਚਾਹਤ ਤੂੰ ਹੀ ਬੰਦਗੀ ਹੈ, ਤੂੰ ਮੇਰੀ ਜ਼ਿੰਦਗੀ ਹੈ, ਤੂੰ ਮੇਰੀ ਹਰ ਖੁਸ਼ੀ ਹੈ। ਵਾਹ, ਰੁਕ ਕਿਉਂ ਗਏ? ਬਸ ਓਵਰਆਲ ਬਹੁਤ ਸੋਹਣਾ ਗਾਉਂਦੇ ਹੋ ਤੁਸੀਂ, ਬਹੁਤ ਸੋਹਣਾ। ਥੈਂਕ ਯੂ ਜੀ। ਬਸ ਇਹਦਾ ਪੂਨਮ ਦਾ ਵੀ ਖਾਸੀਅਤ ਹੈ ਕਿ ਮੈਨੂੰ ਬੜੇ ਜਗ੍ਹਾ ਤੇ ਗਾਈਡ ਕਰਦੀ ਰਹਿੰਦੀ ਹੈ। ਕਈ ਵਾਰੀ ਮੈਂ ਫੰਕਸ਼ਨ ਤੇ, ਆਮ ਪ੍ਰੋਫੈਸ਼ਨਲ ਸਿੰਗਰ ਛੋਟੇ ਗੋਟੇ ਮੈਂ ਕੰਮ ਕਰਦਾ, ਮੈਂ ਮਿਊਜ਼ਿਕ ਦੇ ਪ੍ਰੋਫੈਸ਼ਨ ਹੈ ਮੇਰਾ, ਮਿਊਜ਼ਿਕ ਟੀਚਰ ਹਾਂ, ਤੇ ਇਹ ਮੈਨੂੰ ਸਿਲੈਕਸ਼ਨ ਦੱਸਦੀ ਹੈ ਕਿ ਤੁਸੀਂ ਇਹ ਵਾਲਾ ਗਾਣਾ ਗਾਓਗੇ ਨਾ ਤੇ ਅੱਛਾ ਰਹੇਗਾ, ਅੱਜ ਦੇ ਫੰਕਸ਼ਨ ਲਈ ਤੁਸੀਂ ਇਹ ਗਾਓ, ਜਾਂ ਇਹ ਗਾਣਾ ਤੁਸੀਂ ਗਾਇਆ ਤੇ ਨਹੀਂ ਚੰਗਾ ਲੱਗਾ ਪਰ ਇਹ ਵਾਲਾ ਗਾਣਾ ਗਾਓ, ਤੇ ਬੜੀ ਮੇਰਾ ਕਵਾਂਗਾ ਕਿ ਜ਼ਿੰਦਗੀ ਤਾਂ ਹੀ ਮੈਂ ਨਾਮ ਦਿੱਤਾ ਕਿ ਕਾਫੀ ਜਗ੍ਹਾ ਤੇ ਮੈਨੂੰ ਸਲਾਹਕਾਰ ਹੈ ਮੇਰੀ ਬੜੀ ਵੱਡੀ। ਕੀ ਬਾਤ ਹੈ। ਤੇ ਬਸ ਜਿਵੇਂ ਕਹਿੰਦੇ ਨੇ ਕਿ ਹਰ ਕਾਮਯਾਬ ਬੰਦੇ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ, ਤੇ ਮੈਂ ਦੋਨਾਂ ਦਾ ਹੀ ਕਹਾਂਗਾ ਕਿ ਮੇਰੀ ਮਾਂ ਦਾ ਸਭ ਤੋਂ ਪਹਿਲਾਂ ਹੱਥ ਸੀ ਬਹੁਤ ਵਧੀਆ, ਉਸ ਤੋਂ ਬਾਅਦ ਮੇਰੀ ਵਾਈਫ ਆਈ ਤੇ ਵਾਈਫ ਨੇ ਵੀ ਕਾਫੀ ਕੀਤਾ। ਬਹੁਤ ਖੂਬ, ਅੱਗੇ ਵੱਧਦੇ ਹਾਂ ਪਲੀਜ਼ ਪੂਨਮ ਜੀ। ਦੂਸਰੇ ਨੰਬਰ ਤੇ ਮੇਰੇ ਮੰਮੀ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਆਂਟੀ ਪਿਆਰੇ ਬਹੁਤ ਨੇ।
हाँ जी बहुत चंगी बेटी है, मैं खाना अपने बिस्तर च दिंदी है, चाह पानी दिंदी, सवेरे उठ के मैं नहा धो के बिस्तर च बैठ जानी हाँ, मेरे जोगी रोटी लियांदी, मेरे नाल बहुत प्यार करती है। ਬਜ਼ੁਰਗਾਂ ਦੀ ਉਮਰ ਹੋਰ ਲੰਬੀ ਹੋ ਜਾਂਦੀ ਹੈ ਜਦ ਪਰਿਵਾਰ ਚ ਆਪਣਾਪਨ ਤੇ ਪਿਆਰ ਬਣਿਆ ਰਵੇ, ਤੇ ਇਹ ਬੂਟੇ ਵੀ ਇਹਨਾਂ ਦੇ ਹੀ ਲਗਾਏ ਹੋਏ। ਜੀ ਤੀਸਰੇ ਨੰਬਰ ਤੇ ਮੇਰਾ ਬੇਟਾ ਸੰਗੀਤ। ਸੰਗੀਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੰਮਾ ਬਾਰੇ? ਬਿਊਟੀਫੁਲ ਮੋਮ। ਵਾਓ ਵੈਰੀ ਨਾਈਸ, ਮੰਮਾ ਸੱਚੀ ਬਹੁਤ ਬਿਊਟੀਫੁਲ ਨੇ। ਚੌਥੇ ਨੰਬਰ ਤੇ ਹੈ ਮੇਰੇ ਜੇਠ ਜੀ ਦੀ ਬੇਟੀ ਹੈ ਰਿਤਿਕਾ, ਬਹੁਤ ਅੱਛੀ ਬੇਟੀ ਹੈ। ਸਤਿ ਸ਼੍ਰੀ ਅਕਾਲ ਜੀ। ਸੋ ਰਿਤਿਕਾ ਕੀ ਕਹਿਣਾ ਚਾਹਣਗੇ? ਇਹ ਰਿਸ਼ਤੇ 'ਚ ਮੇਰੀ ਚਾਚੀ ਜੀ ਨੇ, ਪਰ ਮੈਂ ਇਹਨੂੰ ਆਪਣੀ ਮੰਮੀ ਹੀ ਸਮਝਦੀ ਹਾਂ, ਇਸ ਕਰਕੇ ਮੈਂ ਇਹਨਾਂ ਨੂੰ ਛੋਟੀ ਮੰਮਾ ਕਰਕੇ ਬੁਲਾਨੀ ਕਰੇ। ਇਹ ਮੇਰੇ ਲਈ ਬਹੁਤ ਹੈਲਪਫੁਲ ਨੇ, ਮੈਨੂੰ ਬਹੁਤ ਹੈਲਪ ਕਰਦੇ ਨੇ। ਜਦੋਂ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਨਾ, ਇਹ ਮੈਨੂੰ ਦੱਸਦੇ, ਰਿਤਿਕਾ ਤੂੰ ਇਸਾ ਪਹਿਨ, ਤੂੰ ਇਹ ਕਰ, ਆਪਣਾ ਹੇਅਰ ਸਟਾਈਲ ਬਦਲ, ਚਾਹੇ ਕੁਛ ਵੀ, ਮੇਰੀ ਬਹੁਤ ਹੈਲਪ ਕਰਦੇ ਨੇ। ਮੈਨੂੰ ਹਰ ਚੀਜ਼ ਦੱਸਦੇ ਨੇ ਕਿ ਤੂੰ ਇਸਾ ਕਰੇਂਗੀ ਦੈਨ ਇਹ ਬੈਟਰ ਲੱਗੇਗਾ। ਵਾਹ ਬਹੁਤ ਖੂਬ, ਬਹੁਤ ਵਧੀਆ ਜੀ। ਅੱਗੇ ਵੱਧਦੇ ਹਾਂ ਪੂਨਮ ਜੀ। ਪੰਜਵੇਂ ਨੰਬਰ 'ਤੇ ਮੇਰੇ ਜਠਾਣੀ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੇ ਹੋ ਤੁਸੀਂ। ਤੁਸੀਂ ਕੀ ਕਹੋਗੇ ਆਪਣੀ ਦਰਾਣੀ ਬਾਰੇ? ਭੈਣ ਨੂੰ ਤਾਂ ਬਹੁਤ ਕੁਛ ਹੈ, ਪਰ ਮੈਂ ਇੰਨਾ ਕਹਿੰਦੀ ਹਾਂ ਵੀ ਮੇਰੀ ਭੈਣਾਂ ਵਾਂਗੂ, ਸਹੇਲੀਆਂ ਵਾਂਗੂ ਸਾਨੂੰ ਕਦੀ ਮਹਿਸੂਸ ਨਹੀਂ ਹੋਇਆ ਵੀ ਅਸੀਂ ਇਸ ਸਹੁਰੇ ਪਰਿਵਾਰ ਦੇ ਵਿੱਚ ਅਸੀਂ ਦਰਾਣੀ ਜਠਾਣੀ ਹੈ। ਬਹੁਤ ਖੂਬ, ਜ਼ਿਆਦਾ ਦਿਨ ਨਹੀਂ ਅਸੀਂ ਰਹਿ ਸਕਦੇ ਇੱਕ ਦੂਜੇ ਤੋਂ ਬਿਨਾਂ। ਵਧੀਆ, ਹੋਣਾ ਵੀ ਨਹੀਂ ਚਾਹੀਦਾ। ਹਾਂਜੀ ਜੀ। ਇਹ ਛੋਟਾ ਬੇਟਾ ਜੇ ਸੂਫੀ, ਸੂਫੀਆਨ, ਵੈਸੇ ਇਹਦਾ ਨਾਮ ਸੂਫੀਆਨ। ਹਾਂਜੀ, ਬਹੁਤ ਸੋਹਣਾ ਨਾਮ ਹੈ ਤੁਹਾਡਾ। ਬੜਾ ਸੁੰਦਰ ਬੇਬੀ ਹੈ ਮੇਰਾ। ਇਹ ਤੁਹਾਡੇ ਜ਼ਿਆਦਾ ਲਾਡਲੇ ਨੇ। ਹਾਂਜੀ। ਮੰਮੀ ਬਾਰੇ ਕੀ ਕਹਿਣਾ ਚਾਹੋਗੇ? I saw a beautiful mom. Oh my god. ਚਲੋ ਜੀ ਅੱਗੇ ਵੱਧਦੇ ਹਾਂ। ਸਾਹਮਣੇ ਮੇਰੇ ਜੇਠ ਜੀ ਬੈਠੇ ਹੋਏ ਨੇ, ਪਰ ਉਹ ਜੇਠ ਜੀ ਘੱਟ ਨੇ, ਸਭ ਤੋਂ ਜ਼ਿਆਦਾ ਮੇਰੇ ਵੱਡੇ ਬ੍ਰਦਰ ਨੇ ਲੱਗਦੇ, ਕਿਉਂਕਿ ਇਹਨਾਂ ਨੂੰ, ਇਹਨਾਂ ਨੇ ਵੀ ਹਰ ਇੱਕ ਚੀਜ਼ ਮੇਰੇ ਕੋਲ ਜੋ ਵੀ ਚੀਜ਼ ਲੈਣੀ ਹੋਏ ਮੇਰੇ ਨਾਲ ਬੇਝਿਜਕੋ ਕੇ ਮੰਗ ਲੈਂਦੇ ਨੇ, ਤੇ ਮੈਂ ਵੀ ਇਹਨਾਂ ਕੋਲ ਜੋ ਵੀ ਮੈਨੂੰ ਚਾਹੀਦਾ ਹੋਏ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਹੁਕਮ ਕਰਦੀ। ਹਾਂਜੀ, ਹੁਕਮ ਨਹੀਂ ਕਰਦੀ। ਹਾਂਜੀ, ਰਿਕਵੈਸਟ ਨਹੀਂ, ਹੁਕਮ ਕਰਦੀ ਆ, ਤੇ ਮੇਰੀ ਪੂਰੀ ਵੀ ਕਰਦੇ ਹਰ ਇੱਕ ਜ਼ਰੂਰਤ। ਹਾਂਜੀ, ਇਹ ਵੀ ਆਪਣੇ ਬੱਚਿਆਂ ਵਾਂਗੂ ਸਮਝਿਆ ਹੈਗਾ, ਤੇ ਘਰ ਚੋਂ ਸਿਆਣੀ ਸਮਝਦੇ ਇਹਨੂੰ, ਤੇ ਕੋਈ ਵੀ ਹੈ। ਹਾਂਜੀ, ਕਹਿੰਦੇ ਸਮਝਦੇ, ਸਿਆਣੀ ਸਮਝਦੇ ਇਹਨਾਂ ਨੂੰ, ਤੇ ਆਇਆ ਗਿਆ ਹੋਵੇ ਤੇ ਉਸੇ ਵੇਲੇ ਹੀ ਖਾਣਾ ਬਣਾ ਲਾ ਪੈਂਦੀ, ਸਭ ਕੁਝ ਤਿਆਰ ਕਰਨਾ ਪੈਂਦੀ ਹੈ, ਤੇ ਬਹੁਤ ਸੇਵਾ ਕਰਦੀ ਆਏ ਗਏ ਦੀ ਵੀ। ਆਓ ਭਗਤ ਪੂਰੀ ਕਰਦੇ ਹਾਂ। ਪੂਰੀ ਕਰਦੀ ਹੈ ਤੇ ਕਾਫੀ ਸਿਆਣੀ। ਬਹੁਤ ਖੂਬ ਜੀ। ਉਹ ਮੇਰੇ ਨਨਾਣ ਨੇ, ਵੱਡੀ ਨਨਾਣ। ਸਤਿ ਸ਼੍ਰੀ ਅਕਾਲ ਜੀ। ਅਸੀਂ ਭੈਣਾਂ ਵਾਂਗੂ ਰਹਿੰਦੇ ਹਾਂ। ਹਾਂਜੀ, ਬਹੁਤ ਚੰਗੇ ਨੇ, ਇਹਨਾਂ ਨੇ ਬਹੁਤ ਕੁਛ ਕੀਤਾ ਸਾਡੇ ਵਾਸਤੇ। ਹੈਗੀ ਤੇ ਭੈਣ ਹੈ, ਪਰ ਉਹਦਾ ਜ਼ਿੰਦਗੀ 'ਚ ਸਾਡੇ ਮਾਂ ਵਰਗਾ ਰੋਲ ਹੈ, ਸਾਡੀ ਛੋਟੀ ਮਾਂ ਹੈ, ਮੈਨੂੰ ਉਹਨੇ ਪਾਲਿਆ। ਬਹੁਤ ਖੂਬ। ਕੁਛ ਕਹਿਣਾ ਚਾਹੋਗੇ ਪੂਨਮ ਬਾਰੇ? ਹਾਂਜੀ, ਮੈਂ ਬਹੁਤ ਕੁਛ ਕਹਿਣਾ ਚਾਹਾਂਗੀ। ਇਹਨਾਂ ਨੇ ਮੇਰੇ ਨਾਲ, ਹੈ ਚ ਮੇਰੇ ਭਰਾ ਭਰਜਾਈ ਛੋਟੇ ਆ, ਪਰ ਕੰਮ ਮੇਰੇ ਵੱਜਿਆ ਵਰਗਾ ਹੀ ਕੀਤਾ, ਕਿਉਂਕਿ ਮੇਰੇ ਹਸਬੈਂਡ ਹੈ ਨਹੀਂ, ਜਦੋਂ ਦੀ ਮੇਰੇ ਹਸਬੈਂਡ ਦੀ ਡੈਥ ਹੋਈ ਹੈ ਮੈਨੂੰ ਪਤਾ ਨਹੀਂ ਚੱਲਿਆ, ਉਦੋਂ ਦਾ ਹੀ ਕਾਫੀ ਸਾਥ ਦੇ ਰਹੇ ਨੇ ਮੇਰਾ, ਜੇ ਮੈਂ ਇਹਨਾਂ ਦਾ ਦਿੱਤਾ, ਇਹਨਾਂ ਨੇ ਉਸ ਤੋਂ ਵੱਧ ਮੇਰਾ ਦਿੱਤਾ, ਬਹੁਤ ਜ਼ਿਆਦਾ ਸਾਥ ਦਿੱਤਾ ਮੇਰਾ। ਇੱਥੋਂ ਤੱਕ ਹੀ ਮੈਨੂੰ ਬਿਮਾਰ ਹੋ ਗਈ ਸੀ ਪਿੱਛੇ ਜੀ, ਮੈਂ 2020 'ਚ, ਤੇ ਮੈਨੂੰ ਨਾ ਪਤਾ ਨਹੀਂ ਸੀ ਹੈਗਾ, ਅਚਾਨਕ ਕੈਂਸਰ ਨਿਕਲ ਆਈ, ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਪਤਾ ਲੱਗਾ, ਤੇ ਇਹਨਾਂ ਨੇ ਆਪਣਾ ਸਭ ਕੁਛ ਛੱਡ ਕੇ, ਸਾਰਾ ਕੁਛ ਆਪਣਾ ਜਿੰਨਾ ਵੀ ਆਪਣੇ ਕੋਲ ਪੈਸਾ ਸੀ ਸਾਰਾ ਹੀ ਮੇਰੇ ਉੱਤੇ ਲਾ ਕੇ, ਤੇ ਮੈਨੂੰ ਬਚਾਇਆ, ਤੇ ਮੇਰੇ 3 ਬੱਚੇ, ਤੇ ਮੈਂ 4 ਜਣੇ ਹੈਗੇ, ਤੇ ਇਹ ਕਹਿੰਦੇ ਕਿ ਨਹੀਂ ਤੂੰ ਆਪਣੇ, ਮੈਂ ਤਾਂ ਕਿਹਾ ਨਹੀਂ ਤੁਸੀਂ ਮੇਰੇ ਬੱਚੇ ਤੁਸੀਂ ਸਾਂਭਲੇ ਨੇ, ਪਰ ਨਹੀਂ ਇਹਨਾਂ ਨੇ ਕਿਹਾ ਤੂੰ ਆਪਣੇ ਬੱਚੇ ਆਪ ਹੀ ਸ਼ਾਮ, ਤੇ ਇਸ ਕਰਕੇ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਬਹੁਤ ਖੂਬ। ਸੋ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਲੱਗਿਆ। ਆਪਾਂ ਇਹ ਸਫ਼ਰ ਅੱਗੇ ਵਧਾਉਂਦੇ ਹਾਂ, ਆਪਣੇ ਅਗਲੇ ਸੈਗਮੈਂਟ ਵੱਲ ਵੱਧ ਰਹੇ ਹਾਂ ਜੀ, ਜੋ ਕਿ ਹੈਗਾ ਨੂੰ ਸਾਡੀ ਸੁਪਰ ਸਟਾਰ ਦੇਸੀ ਕਲਾਕਾਰ। ਸੋ ਇਸ ਵਿੱਚ ਅਸੀਂ ਕੀ ਕਰਨ ਵਾਲੇ ਹਾਂ, ਆਪਾਂ ਡਮਸ਼ਰਾਸ ਖੇਲਦੇ ਹਾਂ, ਇਸ਼ਾਰਿਆਂ ਦੇ ਰਾਹੀਂ ਚੀਜ਼ਾਂ ਨੂੰ ਸਮਝਾਉਣਾ ਹੈ ਨਾ। ਮੈਂ ਇੱਕ ਇੱਕ ਕਰਕੇ ਇਹਨਾਂ ਨੂੰ ਕੁਝ ਕਲੂਸ ਦੇਵਾਂਗੀ, ਜੋ ਮੈਂ ਕਲੂਜ਼ ਇਹਨਾਂ ਨੂੰ ਦੇਵਾਂਗੀ ਉਹ ਤੁਸੀਂ ਬੁੱਝਣੇ ਆ। ਹੁਣ ਤੁਸੀਂ ਬੁੱਝੋਗੇ ਕਿਵੇਂ, ਤੁਹਾਡੇ ਕੋਲ 15 ਸਵਾਲ ਕਰਨ ਦੇ ਚਾਂਸਸ ਨੇ।
यानी कि 15 सवाल करके ही तुसी बुझ सकते हो। हुन कुछ भी हो सकता है, किसी जगह का नाम, कोई फिल्म स्टार, कोई खान की चीज, कोई जानवर, कोई इंसान, कुछ भी हो सकता है। तुसी 15 सवाल पूछोगे, ये उसका जवाब केवल हाँ या ना विच दे पाएंगे। दैट्स इट, ठीक है। गेम का नाम है कदे हाँ कदे ना। तड़ा सब तो पहला क्लू हैगा पूनम जी। हाँ जी, पहला सवाल, खान की चीज है, कोई पीन की चीज है, कोई फिल्म स्टार है, फिल्म है, चार चांसेस जा चुके, कोई जिले का नाम है, जैसा मूवी, गुरुद्वारा, मंदिर, सात चांसेस जा चुके, कोई ड्रेस है, आठ चांसेस गए, आठ, कोई जानवर है, जानवर जंगली जानवर है या पालतू है, कह सकते हो, हाँ कह सकते हो, बिल्ली, 12 चांसेस जा चुके ने, पंछी, तोता, 14 चांसेस गए, तेरे को अखीरी चांस है गा है, गुटर गूं करता है कबूतर। बहुत बढ़िया कबूतर, 15वें हिंट से तुसी उसनु पूछ पाए हो। सो अगली बार कोशिश करियो कि छेती छेती हो जावे, होर थोड़ा अगला क्लू देन जा रही हूं। कोई बर्तन, कोई खान वाली चीज, पहनने वाली, पंजाबी सूट, चार गए चांसेस, मेल फीमेल, फ्रॉक, लहंगा, आठ चांसेस जा चुके हैं, कोई ड्रेस, नौ गए, खांचे बांधने, दस, जैकेट, 11 गए, मेल भी आजकल ट्रेंड च ले आए ने, पर मेजरली फीमेल यह कैरी कर दिया ने ठंड विच, वेरी इजी, दो चांसेस रह गए बस, चल चल, यस चल, बहुत खूब, वेरी नाइस संगीत। अगला क्लू जी, कोई एक्टर कह सकते हो, पंजाबी मूवी का एक्टर, ये भी कह सकते हो, सिंगर, ओके, तीन चांसेस गए और ठीक एकदम, मेल सिंगर, फिल्म च भी काम करता है, पांच चांसेस गए, हरभजन मान, गुरदास मान, गुरदास मान, वेरी नाइस। अगला क्लू है क्या जी, कोई लीडर, एक्टर, पंजाबी मूवी का, हिंदी मूवी, शाहरुख खान, शाहरुख। अगला क्लू है गया जी, चलो अगेन पंजाबी एक्टर, कोई खान वाली चीज, कोई ड्रेस, सिंगर, कोई जानवर, छह चांसेस गए, डांसर, सात चांसेस गए, कोई लीडर, आठ चांसेस गए, किसी जगह का नाम, नौ चांसेस गए, कोई रिश्ता, दस चांसेस गए, तो हड्डे पेशे नाल जुड़ी हुई चीज है, कोई म्यूजिकल इंस्ट्रूमेंट, गिटार, ना, बारह चांसेस गए, तो कुल केवल तीन ने, फैमिली, गिटार दी ही फैमिली विचों अपा कह सकते, सितार, बहुत। सो ये सिगा जी साडा सेगमेंट नू सारी सुपरस्टार देसी कलाकार आजी सारी सुपरस्टार नू पूनम बारे थोड़ा जा होर जान लेने हैं। सो तुहाडे व्याह नू किन्ना टाइम हो गया पूनम जी? 12 साल हो गया। ते किवें आया रिश्ता, किवें होया तुहाडी देखा दिखाई, किवें हुई सारा कुछ, किवें होया दसो। वैसे तो दूर दे रिलेशन ही उन्होंने साढ़े नाल जिन्होंने साढ़े रिश्ते की गल चलाई तो उन्होंने मम्मी मेरे ठीक नहीं सी हॉस्पिटल सी। अच्छा। हाँ जी, तो उन्होंने जाके तो उन्होंने कहा मैनू हुणे लड़की विखाओ।
मेरे वड्डी मम्मी ताई जी जेडे उन्होंने जाके ते मैनू विखाया उन्होंने मैं सो कहा भी मेरी मम्मी नहीं ठीक है गए हॉस्पिटल ने ते मैं नहीं जाना विखन रिश्ता मम्मी कहिंदे नहीं हुणे थोड़ी उन्होंने कर देना बस तैनू विखाना ही है पहली मुलाकात मैं दसदा मेरी दीदी दा ना देवर है उन्हां दा ना बाबा हैगे संत हैगे ने उन्हां दा धारीवाल डेरा बड़ा अच्छा ਉੱਥੇ ਅਸੀਂ ਮਿਲੇ ਸੀ ਪਹਿਲੀ ਵਾਰੀ ਕਿਉਂਕਿ ਮੁਕੱਦਸ ਜਗ੍ਹਾ ਤੇ ਮਿਲੇ ਤੇ ਫਿਰ ਨਾ ਕਰਨੀ ਤੇ ਬੰਦੀ ਨੀ ਤੇ ਵੈਸੇ ਵੀ ਹੈਗਾ ਸੀ ਕਿ ਚਲੋ ਵਧੀਆ ਸਾਰਾ ਕੁਛ ਨਾ ਪਰਿਵਾਰ ਨੇ ਸਭ ਤੋਂ ਪਹਿਲਾਂ ਮੈਨੂੰ ਪਿੱਛੋਂ ਪਹਿਲਾਂ ਹੀ ਆ ਕੇ ਦੱਸਤਾ ਕਿ ਕੁੜੀ ਠੀਕ ਆ ਸੋਹਣੀ ਆ ਤੇ ਮੈਂ ਕਿਹਾ ਠੀਕ ਆ ਫਿਰ ਮੈਂ ਦੇਖਦਾ ਹੀ ਨੀ ਸੋਹਣੀ ਆ ਦੇ ਜੇ ਤੁਹਾਨੂੰ ਪਸੰਦ ਆ ਕਿਉਂਕਿ ਫੈਮਲੀ ਦੀ ਗੱਲ ਇਹੀ ਸ਼ੁਰੂ ਤੋਂ ਆਪਾਂ ਟੋਪਿਕ ਰੱਖਿਆ ਕਿ ਫੈਮਲੀ ਸਾਡੀ ਇਕੱਠੀ ਆ ਨਾ ਤੇ ਫੈਮਲੀ ਨੂੰ ਮਨਜ਼ੂਰ ਆ ਤੇ ਮੈਨੂੰ ਵੀ ਮਨਜ਼ੂਰ ਹੈ ਤੇ ਫਿਰ ਜਦੋਂ ਬਾਅਦ ਦੇਖਿਆ ਫਾਈਨਲੀ ਤੇ ਚਲੋ ਅੱਛਾ ਲੱਗਾ ਫਾਈਨਲੀ ਵਧੀਆ ਲੱਗਾ ਤੁਸੀਂ ਹੁਣ ਜਿਵੇਂ ਪਿੰਡ ਤੋਂ ਆਏ ਸ਼ਹਿਰ ਵਿੱਚ ਹੈ ਨਾ ਐਡਜਸਟਮੈਂਟ ਕਰਨੀ ਥੋੜੀ ਜਿਹੀ ਔਖੀ ਹੋ ਗਈ ਹੋਣੀ ਹੈ ਨਾ ਤੇ ਸ਼ੁਰੂਆਤੀ ਟਾਈਮ ਕਿਹੋ ਜਿਹਾ ਨਿਕਲਿਆ ਤੁਹਾਡਾ ਕਿਹੋ ਜਿਹਾ ਲੱਗਦਾ ਸੀ ਵੈਸੇ ਤੇ ਠੀਕ ਹੀ ਨਿਕਲ ਗਿਆ ਬਹੁਤ ਵਧੀਆ ਨਿਕਲਿਆ ਟਾਈਮ ਮੇਰਾ ਹਾਂਜੀ ਉਹਦਾ ਕਾਰਨ ਇਹ ਵੀ ਰਿਹਾ ਹੈ ਨਾ ਕਿ ਇਹ ਪੁਨਮ ਦਾ ਪਿੰਡ ਨਾ ਸਪੈਸ਼ਲ ਪਾਰਟਿਕੂਲਰ ਪਿੰਡ ਨਹੀਂ ਹੈ ਇੱਕ ਜ਼ਿਆਦਾ ਪਿੰਡ ਨਹੀਂ ਹੈਗਾ ਵੈਸੇ ਤੁਸੀਂ ਸੁਣਿਆ ਹੈਗਾ ਕਹਾਵਤ ਸੁਣੀ ਕਿ ਜਿਹਨੇ ਦੇਖਿਆ ਨਹੀਂ ਲਾਹੌਰ ਤੇ ਉਹ ਦੇਖੇ ਕਲਾਨੌਰ ਤੇ ਕਲਾਨੌਰ ਦੀ ਹੈ ਕਲਾਨੌਰ ਬੜਾ ਅੱਛਾ ਛੋਟਾ ਜਿਹਾ ਕਸਬਾ ਹੈ ਉੱਥੇ ਹਰ ਫੈਸਿਲਿਟੀ ਆ ਆਪਾਂ ਸੋਚ ਦਾ ਫਰਕ ਕਹਿ ਸਕਦੇ ਹਾਂ ਪਰ ਰਹਿਣ ਸਹਿਣ ਦਾ ਫਰਕ ਇੰਨਾ ਨਹੀਂ ਪਰ ਅੱਜ ਦੇ ਵੈਸੇ ਉੱਥੇ ਵੀ ਸੋਚ ਕਾਫੀ ਅੱਗੇ ਬੱਚੇ ਵੱਧ ਚੁੱਕੇ ਨੇ ਪਰ ਜਿਸ ਸਮੇਂ ਅਸੀਂ ਵਿਆਹ ਹੋਇਆ ਉਦੋਂ ਤੇ ਥੋੜਾ ਮੋਲ ਪਿੱਛੇ ਹੀ ਨਾ ਥੋੜਾ ਤੇ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਤੁਸੀਂ ਆਲਰੇਡੀ ਇੱਥੇ ਸੀਗੇ ਤੁਸੀਂ ਇੱਕੋ ਛੱਤ ਥੱਲੇ ਰਹਿੰਦੇ ਹੋ ਹੈ ਨਾ ਤੇ ਕੀ ਰੁਟੀਨ ਰਹਿੰਦੀ ਹੈ ਦੋਵਾਂ ਦੀ ਕਿਹੜੇ ਕਿਹੜੇ ਕੰਮ ਵੰਡੇ ਹੋਏ ਤੁਸੀਂ ਦੋਵਾਂ ਨੇ ਜ਼ਿਆਦਾ ਤੇ ਇਹ ਖਾਣਾ ਬਣਾਉਂਦੀ ਆ ਕੱਪੜੇ ਕੌਣ ਧੋਂਦਾ ਬਾਕੀ ਜੇ ਕੋਈ ਘਰ ਪਰਾਹੁਣਾ ਆ ਜੇ ਕੁਛ ਵੀ ਹੋ ਜੇ ਫਟਾਫਟ ਰਸੋਈ ਚਲ ਜਾਂਦੀ ਆ ਕਹੇਗੀ ਦੀਦੀ ਵੀ ਮੈਂ ਕਰਦੀ ਤੁਸੀਂ ਬੈਠੋ ਉਹਨਾਂ ਕੋਲ ਬੈਠ ਜਾਓ ਮੈਂ ਖਾਣਾ ਬਣਾ ਲੈਂਦੀ ਹਾਂ ਤੇ ਬਾਕੀ ਅਸੀਂ ਦੋਨੇ ਰਲ ਮਿਲ ਕੇ ਕਰ ਲੈਂਦੀ ਹਾਂ ਤੇ ਹੁਣ ਵੇਲਾ ਹੋ ਗਿਆ ਜੀ ਸਾਡੇ ਰਾਊਂਡ ਜਿਹੜਾ ਕਿ ਅਸੀਂ ਜੋੜੀਆਂ ਨਾਲ ਖੇਡਦੇ ਹਾਂ ਤੂੰ ਲੌਂਗ ਤੇ ਮੈਂ ਲਾਚੀ ਸੋ ਇਸ ਵਿੱਚ ਤੁਹਾਡੇ ਦੋਵਾਂ ਬਾਰੇ ਕੁਝ ਸਵਾਲ ਹੈਗੇ ਨੇ ਮੇਰੇ ਕੋਲ 12 ਸਾਲ ਹੋ ਚੁੱਕੇ ਨੇ ਤੁਹਾਡੇ ਵਿਆਹ ਨੂੰ ਤੇ ਹੁਣ ਜਾਣਨਾ ਇਹ ਹੋਏਗਾ ਇੱਕ ਨਿੱਕੀ ਜਿਹੀ ਗੇਮ ਦੇ ਥਰੂ ਕਿ ਤੁਸੀਂ ਇੱਕ ਦੂਸਰੇ ਨੂੰ ਕਿੰਨਾ ਬਖੂਬੀ ਜਾਣਦੇ ਹੋ ਸੋ ਮੇਰੇ ਕੁਝ ਸਵਾਲ ਤੁਹਾਨੂੰ ਹੋਣਗੇ ਤੇ ਕੁਝ ਸਵਾਲ ਤੁਹਾਨੂੰ ਹੋਣਗੇ ਪੂਨਮ ਜੀ ਤੇ ਤੁਸੀਂ ਆਪਣੇ ਜਵਾਬ ਲਿਖਣੇ ਨੇ ਅਸੀਂ ਤੁਹਾਡੇ ਜਵਾਬ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਲੇਟਸ ਚੱਕ ਸਕਦੇ ਹੋ ਮਾਰਕਰਸ ਚੱਕ ਸਕਦੇ ਹੋ ਪਲੀਜ਼ ਸਭ ਤੋਂ ਪਹਿਲਾ ਸਵਾਲ ਸੋਨੀ ਜੀ ਤੁਹਾਨੂੰ ਹੈ ਕਿ ਪੂਨਮ ਜੀ ਦਾ ਫੇਵਰੇਟ ਫਰੂਟ ਕਿਹੜਾ ਹੈ ਛੁਪਾ ਕੇ ਲਿਖੋ ਉਹਨਾਂ ਨੂੰ ਬੜੀ ਬਖੂਬੀ ਦਿਖ ਸਕਦਾ ਤੁਹਾਨੂੰ ਲੱਗਦਾ ਹੈ ਤੁਹਾਡੇ ਹਸਬੈਂਡ ਨੂੰ ਨੋਨੀ ਜੀ ਨੂੰ ਪਤਾ ਹੋਣਾ ਕਿ ਤੁਹਾਡਾ ਫੇਵਰੇਟ ਫਰੂਟ ਕਿਹੜਾ ਪਤਾ ਨਹੀਂ ਵੈਸੇ ਦਿਖਾ ਦਿਓ ਜੀ ਅੰਬ ਤਰਬੂਜ ਦੋਨਾਂ ਚ ਜ਼ਮੀਨ ਆਸਮਾਨ ਦਾ ਫਰਕ ਚਲੋ ਇੰਨਾ ਕੁ ਸਮਝ ਸਕਦੇ ਹਾਂ ਕਿ ਗਰਮੀਆਂ ਚ ਦੋਨੋਂ ਚੀਜ਼ਾਂ ਬਹੁਤ ਹੈ ਦੋਨੋਂ ਪਸੰਦ ਹੈ ਵੈਸੇ ਉਹਨਾਂ ਨੂੰ ਪਤਾ ਨਾ ਪਰ ਤਰਬੂਜ ਸਾਨੂੰ ਜ਼ਿਆਦਾ ਪਸੰਦ ਸੋ ਅਗਲਾ ਮੇਰਾ ਸਵਾਲ ਨੋਨੀ ਜੀ ਤੁਹਾਨੂੰ ਹੀ ਹੈ ਕਿ ਵਿਆਹ ਤੋਂ ਬਾਅਦ ਜਦੇ ਚੌਂਕੇ ਚੜੇ ਨੇ ਯਾਨੀ ਕਿ ਇਹਨਾਂ ਨੇ ਰਸੋਈ ਚ ਆਪਣਾ ਪਹਿਲਾ ਕਦਮ ਰੱਖਿਆ ਪਹਿਲੀ ਡਿਸ਼ ਬਣਾਈ ਹੈ ਕੀ ਬਣਾਇਆ ਸੀ ਇਹ ਤੁਸੀਂ ਇੱਕ ਅਸਮਾਨ ਹੈ ਤੇ ਦੂਜਾ ਜ਼ਮੀਨ ਹੈ ਤੇ ਤੁਸੀਂ ਚਿਕਨ ਲਿਖਿਆ ਉਹਨਾਂ ਨੇ ਕੜਾਹ ਲਿਖਿਆ ਹਾਏ ਮੈਂ ਮਰ ਜਾ ਪੂਨਮ ਜੀ ਤੁਹਾਡੇ ਦੋਵਾਂ ਵਿੱਚੋਂ ਤੁਸੀਂ ਦੋਵੇਂ ਇਕੱਠੇ ਮਿਲ ਕੇ ਬਹੁਤ ਸਾਰੇ ਫੈਸਲੇ ਲੈਂਦੇ ਹੋਗੇ ਪਰ ਇੱਕ ਫੈਸਲਾ ਜੋ ਸਿਰਫ ਪੂਨਮ ਜੀ ਦਾ ਹੀ ਮੰਨਿਆ ਜਾਂਦਾ ਹੈ ਕਿ ਮਤਲਬ ਜਿਹੜੀ ਚੀਜ਼ ਤੇ ਤੁਸੀਂ ਇਹਨਾਂ ਦੀ ਹੀ ਸੁਣਦੇ ਹੋ ਕਿ ਨਹੀਂ ਪੂਨਮ ਦਾ ਫੈਸਲਾ ਹੀ ਬਿਲਕੁਲ ਠੀਕ ਹੈ ਇਸ ਤੇ ਪੂਨਮ ਹੀ ਡਿਸਾਈਡ ਕਰ ਸਕੇ
ਉਹੀ ਗੱਲ ਹੋ ਗਈ ਮਿਲਦੀ ਜੁਲਦੀ ਹੈ ਮਾਰਕੀਟ ਜਾ ਕੇ ਕੱਪੜੇ ਲੈਣ ਦੇ ਡਿਸੀਜਨ ਤੋਂ ਏਦਾਂ ਕਹਿ ਸਕਦੇ ਆਪਾਂ ਠੀਕ ਹੈ ਜੀ ਮਤਲਬ ਤੁਸੀਂ ਮਾਰਕੀਟ ਜਾ ਜਾਉਂ ਔਰ ਕੱਪੜੇ ਲਓ ਜਾਂ ਕੁਛ ਵੀ ਲਓ ਤੇ ਡਿਸੀਜਨ ਤੁਹਾਡਾ ਮੰਨਿਆ ਜਾਂਦਾ ਹੈ ਤੇ ਤੁਸੀਂ ਇਹਨਾਂ ਦੇ ਵੱਲੋਂ ਕੋਈ ਵੀ ਲਿਆਏ ਹੋਏ ਕੱਪੜੇ ਪਾ ਲੈਂਦੇ ਹੋ ਖੁਸ਼ ਹੋ ਕੇ ਜਾਂ ਥੋੜਾ ਜਿਹਾ ਨੱਕ ਚਾੜਦੇ ਹੋ ਨਹੀਂ ਨਹੀਂ ਮੈਨੂੰ ਸਹੀ ਸਿਲੈਕਸ ਦੱਸ ਦੇਣਾ ਕਿ ਪੈਂਟ ਸ਼ਰਟ ਕਿਹੜੀ ਪਾਣੀ ਹੈ ਉਹ ਚੋਈ ਮੈਨੂੰ ਤੁਹਾਡੇ ਪੂਰੇ ਤਰੀਕੇ ਸਟਾਈਲਿਸਟ ਹੈਗੇ ਇਵਨ ਹੁਣ ਵੀ ਮੈਨੂੰ ਕੱਪੜੇ ਨਾਲ ਕੱਟ ਕੀਤੇ ਸੀ ਆ ਪਾਓ ਅੱਛਾ ਸੋ ਮੇਰੇ ਵੱਲੋਂ ਪੁੱਛੇ ਗਏ ਤਿੰਨ ਸਵਾਲਾਂ ਵਿੱਚੋਂ ਕੇਵਲ ਇੱਕ ਹਲੇ ਤੱਕ ਆਪਾਂ ਠੀਕ ਮੰਨ ਸਕਦੇ ਹਾਂ ਠੀਕ ਹੈ ਜੀ ਸੋ ਅਗਲਾ ਮੇਰਾ ਸਵਾਲ ਹੈਗਾ ਕੋਈ ਵੀ ਇੱਕ ਅਜਿਹੀ ਚੀਜ਼ ਜਿਹਦੇ ਤੇ ਪੂਨਮ ਜੀ ਸਭ ਤੋਂ ਵੱਧ ਖਰਚਾ ਕਰਦੇ ਨੇ ਅੱਛਾ ਨਹੀਂ ਕਿਹਾ ਜਾ ਸਕਦਾ ਹੈ ਲਿਖ ਦਿਓ ਫਿਰ ਬਾਅਦ ਚੋਂ ਤੁਸੀਂ ਸਮਝਾ ਸਕਦੇ ਹੋ ਸਾਡੀ ਬਹੁਤ ਹੀ ਕੁਸ਼ਲ ਗ੍ਰਹਿਣੀ ਓਹੋ ਮੈਨੂੰ ਲੱਗ ਰਿਹਾ ਸੀ ਇਹ ਮਿਲਦਾ ਜੁਲਦਾ ਜਵਾਬ ਹੋਣਾ ਤੁਸੀਂ ਲਿਖਿਆ ਮੋਬਾਈਲ ਉਹਨਾਂ ਲਿਖਿਆ ਰਾਸ਼ਨ ਮੋਬਾਈਲ ਤੇ ਕਿਵੇਂ ਮਤਲਬ ਕਿ ਮੋਬਾਈਲ ਦਾ ਖਰਚਾ ਨਹੀਂ ਕਿਹਾ ਜਾ ਸਕਦਾ ਮੋਬਾਈਲ ਫੋਨ ਬਹੁਤ ਕਰਦੇ ਸਾਰਾ ਕੁਝ ਸੋਚਣ ਤੋਂ ਬਿਨਾਂ ਕਰਦੇ ਪਏ ਹੋ ਸੋ ਮੇਰਾ ਅਗਲਾ ਸਵਾਲ ਹੈਗਾ ਹੈ ਕਿ ਕਿਹੜੀ ਸਬਜ਼ੀ ਪੂਨਮ ਜੀ ਨੂੰ ਬਿਲਕੁਲ ਨਹੀਂ ਪਸੰਦ ਖਾਣੀ ਮੇਰੇ ਨੋਟਿਸ ਹੈ ਜੀ ਕੁਝ ਨਹੀਂ ਕ੍ਰੋਸ ਪਾ ਦਿਓ ਫਿਰ ਪੂਨਮ ਜੀ ਤੁਸੀਂ ਆਪਣੀ ਲਿਖ ਦਿਓ ਸਬਜ਼ੀ ਜਿਹੜੀ ਨਹੀਂ ਖਾਂਦੇ ਤੁਸੀਂ ਨਹੀਂ ਖਾਂਦੇ ਦੇਖ ਲੋ ਪਤਾ ਅੱਜ ਪਤਾ ਲੱਗ ਗਿਆ ਮੇਰੇ ਖਿਆਲ ਚ ਨਹੀਂ ਖਾਂਦੇ ਸ਼ਾਇਦ ਰੰਗੀ ਕਦੀ ਆਏ ਨਹੀਂ ਰਾਸ਼ਨ ਦੇ ਵਿੱਚ ਕਦੀ ਲਿਆਂਦੀ ਨਹੀਂ ਅਸੀਂ ਫਿਰ ਕਰਕੇ ਸ਼ਾਇਦ ਹੋਏਗਾ ਨਹੀਂ ਕਦੇ ਸਪੈਸ਼ਲ ਮੰਗਵਾਈ ਇਹਨਾਂ ਨੋਟਿਸ ਚ ਹੈ ਕਿ ਰਾਸ਼ਨ ਚ ਨਹੀਂ ਆਂਦੀ ਰਾਸ਼ਨ ਤੋਂ ਨਹੀਂ ਆਂਦੀ ਅਬ ਮੈਨੂੰ ਲੱਗਦਾ ਹੈ ਨਾ ਪਸੰਦ ਪਸੰਦ ਦਾ ਪਤਾ ਹੋਣੀ ਚਾਹੀਦੀ ਹੈ ਥੋੜੀ ਬਹੁਤੀ ਹੈ ਨਾ ਸੋ 5 ਵਿੱਚੋਂ 1 ਪੁਆਇੰਟ ਹੈ ਤੁਹਾਡਾ ਸੋ ਹੁਣ ਤੁਹਾਡਾ ਟੈਸਟ ਲੈਣ ਦਾ ਵੇਲਾ ਆ ਗਿਆ ਹੈ ਸਭ ਤੋਂ ਪਹਿਲਾ ਸਵਾਲ ਤੁਹਾਡੇ ਲਈ ਪੂਨਮ ਜੀ ਹੈਗਾ ਹੈ ਕਿ ਇਹਨਾਂ ਨੇ ਸਭ ਤੋਂ ਪਹਿਲੀ ਵਾਰ ਕਿਹੜਾ ਗਾਣਾ ਗਾਇਆ ਸੀ ਤੁਹਾਡੇ ਲਈ ਜਿਹਨੇ ਗਾਇਆ ਹੈ ਉਹਨੂੰ ਨਹੀਂ ਜ਼ਿਹਨ ਚ ਆ ਰਿਹਾ ਜਿਹਦੇ ਲਈ ਗਾਇਆ ਹੋਇਆ ਉਹਦੇ ਲਈ ਖਾਸ ਹੁੰਦਾ ਤੇ ਉਹਨਾਂ ਨੇ ਲਿਖ ਦਿੱਤਾ ਛੇਤੀ ਛੇਤੀ ਸੋ ਪੂਨਮ ਜੀ ਦਾ ਟੈਸਟ ਲੈਂਦੇ ਹੋਏ ਦਿਖਾ ਦਿਓ ਜੀ ਅੱਜ ਦਿਨ ਚੜੇ ਆ ਤੇਰੇ ਰੰਗ ਵਰਗਾ ਅੱਜ ਦਿਨ ਚੜੇ ਆ ਤੇਰੇ ਰੰਗ ਵਰਗਾ ਮੈਂ ਜਿਸ ਦਿਨ ਬੁਲਾ ਦੂੰ ਤੇਰਾ ਪਿਆਰ ਦਿਲ ਸੇ ਉਹਨੇ ਉਹ ਵੀ ਗਾਣਾ ਦੇ ਵੀ ਗਾਣਾ ਦੋਨੋਂ ਗਾਣਾ ਵਸੇ ਨਾ ਤੁਹਾਨੂੰ ਜ਼ਿਆਦਾ ਵਧੀਆ ਇਹਨਾਂ ਦੇ ਮੂੰਹੋਂ ਇਹੀ ਲੱਗਦਾ ਮੈਨੂੰ ਲੱਗਦਾ ਹੈ ਨਾ ਹਾਂਜੀ ਸੋ ਅਗਲਾ ਸਵਾਲ ਮੇਰਾ ਹੈਗਾ ਜੀ ਜਨਾਬ ਸੋਨੀ ਜੀ ਸਭ ਤੋਂ ਵਧੀਆ ਇੰਸਟਰੂਮੈਂਟ ਕਿਹੜਾ ਵਜਾਉਂਦੇ ਨੇ ਕਿਹੜੇ ਇੰਸਟਰੂਮੈਂਟ ਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਮਹਾਰਤ ਬਹੁਤ ਵਧੀਆ ਵਜਾਉਂਦੇ ਨੇ ਸਾਰਾ ਕੁਛ ਹੋ ਜਾਂਦਾ ਇਹ ਚੀਟਿੰਗਾਂ ਕਰਕੇ ਨਹੀਂ ਪੇਪਰ ਹੋਣਾ ਇਹ ਸਬਜੈਕਟ ਹੈ ਮੇਰਾ ਇਹ ਤੁਸੀਂ ਦੇਖ ਕੇ ਆਪਸੀ ਵਿਚਾਰ ਕਰਕੇ ਲਿਖਿਆ ਹੈ ਤਬਲਾ ਮਿਲ ਗਿਆ ਜੀ ਮਿਲ ਗਿਆ ਇਹ ਜਵਾਬ ਬਹੁਤ ਵਧੀਆ ਵੈਰੀ ਨਾਈਸ ਸ਼ਾਬਾਸ਼ ਅਗਲਾ ਹੈਗਾ ਜੀ ਕੋਈ ਵੀ ਇੱਕ ਅਜਿਹੀ ਹੈਬਿਟ ਇਹਨਾਂ ਦੀ ਸੋਨੀ ਜੀ ਦੀ ਕੋਈ ਵੀ ਇੱਕ ਅਜਿਹੀ ਆਦਤ ਜੋ ਤੁਸੀਂ ਅਪਣਾਉਣਾ ਚਾਹੁੰਦੇ ਹੋ ਕਿਹੜੀ ਖੂਬੀ ਹੈ ਗੱਲਬਾਤ ਕਰਨਾ ਪਿਆਰ ਕਰਨਾ ਲਿਖਿਆ ਉਹਨਾਂ ਨੇ ਮਤਲਬ ਤੁਹਾਡੇ ਦੋਵਾਂ ਵਿੱਚੋਂ ਤੁਹਾਨੂੰ ਲੱਗਦਾ ਕਿ ਉਹ ਜ਼ਿਆਦਾ ਪਿਆਰ ਦਿੰਦੇ ਆ ਜਾਂ ਐਫਰਟਸ ਉਹ ਜ਼ਿਆਦਾ ਪਾਉਂਦੇ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਬਰਾਬਰ ਦੇ ਪਾਉਂਦੇ ਹੋ ਨਹੀਂ ਵੈਸੇ ਜ਼ਿਆਦਾ ਕਰਦੇ ਨੇ ਹਾਂਜੀ ਇਹ ਜ਼ਿਆਦਾ ਕਰਦੇ ਆ ਹਾਂਜੀ ਮੈਂ ਹਰ ਕਿਸੇ ਲਈ ਇਮੋਸ਼ਨਲ ਆ ਇਮੋਸ਼ਨਲ ਹੋ ਬਹੁਤ ਖੂਬ ਸੋ ਹਲੇ ਤੱਕ ਤੁਹਾਡਾ ਵੀ ਇੱਕੋ ਹੀ ਪੁਆਇੰਟ ਹੈ ਦੇਖ ਲਓ ਦੋ ਸਵਾਲ ਮੇਰੇ ਰਹਿ ਗਏ ਨੇ ਦੂਸਰਾ ਸਵਾਲ ਹੈ ਕਿ ਇਹਨਾਂ ਦੇ ਪਰਸ ਵਾਲਟ ਦਾ ਕਲਰ ਕੀ ਹੈ ਬਹੁਤ ਖੂਬ ਕਾਲਾ ਬਹੁਤ ਖੂਬ ਅਗਲਾ ਮੇਰਾ ਸਵਾਲ ਹੈਗਾ ਹੈ ਕਿ ਇਹਨਾਂ ਦਾ ਵਹੀਕਲ ਨੰਬਰ ਜੋ ਇਹਨਾਂ ਕੋਲ ਹੈਗਾ ਨਹੀਂ ਪਤਾ ਹੈਗਾ ਪਤਾ ਨਾ ਉਹਦੇ ਅਖੀਰੀ ਦੇ ਦੋ ਡਿਜਿਟ ਨਹੀਂ ਪਤਾ ਨਾ ਪੂਰਨ ਨੂੰ ਨਹੀਂ ਪਤਾ ਨਾ ਦੋਨਾਂ ਨੂੰ ਨਹੀਂ ਪਤਾ ਨਹੀਂ ਮੈਨੂੰ ਤਾਂ ਪਤਾ ਹੈ ਚਲੋ ਲਿਖੋ ਤਾਂ ਸਹੀ ਤੁਸੀਂ ਕ੍ਰੋਸ ਕਰ ਦਿਓ ਭਾਵੇਂ
ਉਹ ਦੇਖੋ ਚੀਟਿੰਗ ਹੋ ਰਹੀਆਂ ਬਿਲਕੁਲ ਐਵੇਂ ਦੇਖ ਕੇ ਮੈਨੂੰ ਤਾਂ ਪੂਰਾ ਨੰਬਰ ਯਾਦ ਹੈ ਵੈਸੇ ਮੈਂ ਲਿਖ ਦਿੰਦੀ ਹਾਂ ਮੈਨੂੰ ਜਿੱਥੋਂ ਤੱਕ ਇੱਕ ਦਿਨ ਕਿਹਾ ਸੀ ਇੱਕੋ ਪਤਾ ਉਹਨਾਂ ਨੂੰ ਅੱਠ ਸ਼ੁਰੂਆਤ 800 ਤੇ ਅਖੀਰ 800 ਠੀਕ ਹੈ ਜੀ ਅੱਠ ਬਹੁਤ ਵਧੀਆ ਜੀ ਤਦ ਵੀ ਤੁਸੀਂ ਪੰਜ ਸ਼ੁਰੂਆਤ ਕਰ ਅੱਧਾ ਕਿ ਨੰਬਰ 2.5 ਕਿ ਨੰਬਰ ਦੇ ਦਿੰਦੇ ਆ ਤੁਹਾਨੂੰ ਪੂਰੇ ਰਾਊਂਡ ਦਾ ਤੇ ਸੋਨੀ ਜੀ ਕੋਲ 1 ਪੁਆਇੰਟ ਹੈ ਤੇ ਤੁਹਾਡੇ ਕੋਲ 2.5 ਪੁਆਇੰਟ ਬਹੁਤ ਵਧੀਆ ਥੈਂਕ ਯੂ ਜੀ ਇਹ ਰਿਸ਼ਤਾ ਬੜਾ ਖੱਟਾ ਮਿੱਠਾ ਜਿਹਾ ਰਿਸ਼ਤਾ ਹੁੰਦਾ ਹੈ ਪਿਆਰ ਦੀਆਂ ਬਾਤਾਂ ਦਾ ਦਿਲ ਦੀਆਂ ਗੱਲਾਂ ਦਾ ਤਾਨਿਆਂ ਦਾ ਮੇਣਿਆਂ ਦਾ ਇੱਕ ਤਾਨਾ ਜਿਹੜਾ ਸੋਨੀ ਜੀ ਤੁਹਾਨੂੰ ਬਹੁਤ ਪੈਂਦਾ ਇਹਨਾਂ ਵੱਲੋਂ ਜਾਂ ਡਾਂਟ ਵੀ ਕਹਿ ਸਕਦੇ ਡਾਂਟ ਭੁੱਲਣ ਦੀ ਮੈਨੂੰ ਬੜੀ ਬਿਮਾਰੀ ਆ ਅੱਛਾ ਤੇ ਉਹ ਭੁੱਲਣ ਕਰਕੇ ਅਕਸਰ ਮੇਰੀ ਨਾ ਹੋ ਜਾਂਦਾ ਕਿ ਮੇਰੇ ਕੋਲ ਹੀ ਚੀਜ਼ ਹੁੰਦੀ ਹੈ ਤੇ ਮੈਂ ਲੱਭ ਕੇ ਥੱਕ ਜਾਂਦਾ ਤੇ ਇਹ ਮਾਇਆ ਕਿ ਤੁਹਾਡੇ ਕੋਲ ਹੀ ਆ ਅੱਛਾ ਜਿਵੇਂ ਇੱਕ ਵਾਰੀ ਮੈਂ ਐਨਕ ਲਾਈ ਸੀ ਤੇ ਮੈਂ ਐਨਕ ਲੱਭਦਾ ਫਿਰਦਾ ਸੀ ਕਿ ਮੈਂ ਐਨਕ ਕਿੱਥੇ ਮਿਲੀ ਐਨਕ ਕਿੱਥੇ ਮਿਲੀ ਐਨਕ ਕਿੱਥੇ ਤੇ ਮੈਨੂੰ ਸ਼ੀਸ਼ੇ ਲੱਗੇ ਲੱਗੇ ਕਹਿੰਦੀ ਯਾਰ ਕੋ ਲੱਭ ਕੇ ਐਨਕ ਸ਼ੀਸ਼ੇ ਸਾਹਮਣੇ ਸੋ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਤੁਸੀਂ ਸਭ ਤੋਂ ਛੋਟੇ ਹੈਗੇ ਹੋ ਹੈਨਾ ਦੋ ਤਿੰਨਾਂ ਭਰਾਵਾਂ ਵਿੱਚ ਤੇ ਤੁਹਾਨੂੰ ਇਹਨਾਂ ਨੇ ਕੋਈ ਨਸੀਹਤ ਕੋਈ ਮਸ਼ਵਰਾ ਕੀਤਾ ਨੀ ਜਦ ਤੁਸੀਂ ਵਿਆਹਣ ਗਏ ਆ ਤੇ ਜਦ ਤੁਹਾਡੀ ਦੇਖਾ ਦਿਖਾਈ ਹੋਈ ਹੈ ਤੇ ਇਹਨਾਂ ਨੇ ਕੁਛ ਕਿਹਾ ਨੀ ਕਿ ਹਾਂ ਏਦਾਂ ਕਰਿਓ ਜਾਂ ਏਦਾਂ ਪੁੱਛਿਓ ਜਾਂ ਇਹ ਗੱਲ ਕਰਿਓ ਮੇਰੇ ਬ੍ਰਦਰ ਅੱਗੇ ਵੱਡੇ ਨੇ ਪਰ ਮੇਰੇ ਨਾਲ ਇੰਨਾ ਮਤਲਬ ਸਮਝਦਾਰੀ ਵਾਲੀ ਗੱਲ ਕੋਈ ਇਹਨਾਂ ਨੂੰ ਪੁੱਛਾਂ ਦੱਸ ਦਿੰਦੇ ਨੇ ਜਿਵੇਂ ਕੋਈ ਇਹਨਾਂ ਦਾ ਦਫ਼ਤਰੀ ਕੰਮ ਹੈ ਉਹ ਨਾਲ ਮੇਰੇ ਨਾਲ ਸਾਂਝ ਹੈਗੀ ਹੈ ਕਿ ਕਿਸ ਤਰ੍ਹਾਂ ਜਾਂ ਮੇਰੇ ਸਕੂਲ ਦਾ ਕੀ ਮੈਨੂੰ ਪ੍ਰੋਬਲਮ ਆਈ ਹੈ ਜਾਂ ਕੁਛ ਐਸਾ ਵਰਡ ਮੇਰਾ ਰੁਕਿਆ ਜਿਹੜਾ ਮੈਨੂੰ ਨਹੀਂ ਪਤਾ ਲੱਗਦਾ ਕਿਉਂਕਿ ਇਹ ਐਮ ਏ ਇਕਨੋਮਿਕਸ ਕੀਤੀ ਇਹਨਾਂ ਨੇ ਅਤੇ ਮੈਂ ਨਹੀਂ ਇੰਨਾ ਪੜ੍ਹਿਆ ਮੈਂ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ ਪਰ ਮੈਂ ਇੰਨਾ ਜ਼ਿਆਦਾ ਪੜ੍ਹਿਆ ਨਹੀਂ ਅਤੇ ਮੈਨੂੰ ਇਹ ਉਸ ਚੀਜ਼ 'ਚ ਗਾਈਡ ਕਰਦੇ ਨੇ ਬਾਕੀ ਜਿਹੜੇ ਰੋਮਾਂਟਿਕ ਚੀਜ਼ਾਂ ਵਿੱਚ ਗਾਈਡ ਨਹੀਂ ਕਰਦੇ ਉਹਨੂੰ ਉਹਦੇ ਤਾਂ ਮੈਂ ਆਪ ਹੀ ਬੜਾ ਮਾਹਿਰ ਹਾਂ ਉਹਦੇ ਜੋ ਪ੍ਰੋਫੈਸ਼ਨ ਹੈ ਕਾਫੀ ਸਮੇਂ ਤੋਂ ਮਿਊਜ਼ਿਕ ਫੀਲਡ ਵਿੱਚ ਚੱਲਾਂ ਅਤੇ ਗਾਣੇ ਹੀ ਇਹੋ ਜਿਹੇ ਹੁੰਦੇ ਨੇ ਕਿ ਗਾਣੇ ਹੀ ਤੁਹਾਨੂੰ ਗਾਈਡ ਕਰ ਦਿੰਦੇ ਨੇ ਕਿਸ ਤਰ੍ਹਾਂ ਦੇਖਣਾ ਨਾ ਸੋ ਹੁਣ ਪੂਨਮ ਜੀ ਸਾਡੇ ਕੋਲ ਹੈਗਾ ਤੁਹਾਡੇ ਲਈ ਨਿੱਕਾ ਜਿਹਾ ਟਾਸਕ ਹੁਣ ਉਹ ਟਾਸਕ ਕੀ ਹੈ ਕਿ ਸਾਡੇ ਕੋਲ ਟੰਗ ਟਵਿਸਟਰ ਹੈਗਾ ਠੀਕ ਹੈ ਬਹੁਤ ਸਿੰਪਲ ਜੀ ਮੈਂ ਤੁਹਾਨੂੰ ਇੱਕ ਲਾਈਨ ਦਵਾਂਗੀ ਉਹ ਲਾਈਨ ਤੁਹਾਨੂੰ 5 ਵਾਰ ਛੇਤੀ ਛੇਤੀ ਬੋਲਣੀ ਹੈ ਠੀਕ ਹੈ ਹੁਣ ਉਹ ਲਾਈਨ ਕੀ ਹੈ ਉਹ ਲਾਈਨ ਹੈਗੀ ਹੈ ਕੱਚੀ ਪੁੱਛੋ ਪੱਕੀ ਪੁੱਛੋ ਕੱਚੀ ਪੁੱਛੋ ਪੱਕੀ ਪੁੱਛੋ ਕੱਚੀ ਬੋਲੋ ਬੋਲੋ ਕੱਚੀ ਪੁੱਛੋ ਪੱਕੀ ਪੁੱਛੋ ਕੱਚੀ ਪੁੱਛੋ ਬੜੀ ਔਖੀ ਪੁੱਛੋ ਵਾਕੇ ਬਹੁਤ ਜ਼ਿਆਦਾ ਬੋਲੋ ਬੋਲੋ ਕੱਚੀ ਪੁੱਛੋ ਪੱਕੀ ਪੁੱਛੋ ਕੱਚੀ ਪੁੱਛੋ ਪੱਕੀ ਪੁੱਛੋ ਕੱਚੀ ਪੁੱਛੋ ਕੱਚੀ ਪੁੱਛੋ ਪੱਕੀ 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 ਪੁੱਛੋ ਥੈਂਕ ਯੂ ਸੋ ਜੇ ਤੁਸੀਂ ਵੀ ਇਹ ਜਿਹੜਾ ਟੰਗ ਟਵਿਸਟਰ ਹੈ ਉਹ ਬਖੂਬੀ ਬੋਲ ਸਕਦੇ ਹੋ ਤੇ ਤੁਸੀਂ ਆਪਣੀ ਵੀਡੀਓਜ਼ ਬਣਾ ਕੇ ਸਾਨੂੰ ਟੈਗ ਜ਼ਰੂਰ ਕਰੋ ਯਾਨੀ ਕਿ ਜ਼ੀ ਪੰਜਾਬੀ ਨੂੰ ਟੈਗ ਜ਼ਰੂਰ ਕਰੋ ਅਸੀਂ ਤੁਹਾਡੀ ਵੀਡੀਓਜ਼ ਨੂੰ ਰੀਪੋਸਟ ਕਰਾਂਗੇ ਸੋ ਇਸ ਤੋਂ ਬਾਅਦ ਵੀ ਇੱਕ ਛੋਟੀ ਜਿਹੀ ਹੋਰ ਮੈਂ ਤੁਹਾਨੂੰ ਬੁਝਾਰਤ ਦੇਣਾ ਚਾਹਾਂਗੀ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਤੁਸੀਂ ਬੁਝਣਾ ਹੈ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ ਦੇਖਦੇ ਹਾਂ ਕਿ ਇਸ ਦਾ ਜਵਾਬ ਕੌਣ ਦੇ ਪਾਉਂਦਾ ਠੀਕ ਹੈ ਸੋ ਤੁਹਾਡੀ ਬੁਝਾਰਤ ਹੈਗੀ ਹੈ ਜੀ ਮੇਰਾ ਰੰਗ ਕਾਲਾ ਨਾ ਨਜ਼ਰ ਆਵਾਂ ਵਿੱਚ ਉਜਾਲਾ ਗੁੰਮ ਹੋ ਜਾਵਾਂ ਜਿੱਥੇ ਹੋਵੇ ਨੇਰਾ ਦੱਸੋ ਕੀ ਇਹ ਨਾਮ ਮੇਰਾ ਪਰਛਾਵਾਂ ਪਰਛਾਵਾਂ ਵਧ ਰਹੇ ਹਾਂ ਆਪਣੇ ਅਗਲੇ ਸੈਗਮੈਂਟ ਵੱਲ ਯਾਨੀ ਕਿ ਰੌਣਕ ਮੇਲਾ ਇਸ ਵਿੱਚ ਅੱਜ ਅਸੀਂ ਇੱਕ ਨਿੱਕੀ ਜਿਹੀ ਗੇਮ ਖੇਡਾਂਗੇ ਸੋ ਗੇਮ ਤੁਹਾਨੂੰ ਦੋਵਾਂ ਟੀਮਾਂ ਨੂੰ ਮੈਂ ਸਮਝਾ ਦਿੰਦੀ ਹਾਂ ਕਿਹੋ ਜਿਹੀ ਹੋਣ ਵਾਲੀ ਹੈ ਇੱਕ ਇੱਕ ਕਰਕੇ ਹਰ ਪਲੇਅਰ ਦੋਵਾਂ ਟੀਮਾਂ ਦਾ ਇਹ ਗੇਮ ਖੇਡੇਗਾ ਸੋ ਜਿਹੜਾ ਵੀ ਪਲੇਅਰ ਇਹ ਗੇਮ ਸਭ ਤੋਂ ਪਹਿਲੇ ਖੇਡੇਗਾ ਉਹ ਆਪਣੀ ਅੱਖਾਂ ਨੂੰ ਇਸ ਸਲੀਪਿੰਗ ਮਾਸਕ ਨਾਲ ਕਵਰ ਕਰ ਲਏਗਾ ਯਾਨੀ ਕਿ ਇੱਕ ਤਰ੍ਹਾਂ ਦੀ ਪੱਟੀ ਬੰਨ ਦਿੱਤੀ ਜਾਏਗੀ ਤੁਹਾਡੀ ਅੱਖਾਂ 'ਤੇ ਬਾਕੀ ਜਿਹੜੇ ਦੋ ਮੈਂਬਰ ਟੀਮ ਦੇ ਬਚਦੇ ਨੇ ਉਹਨਾਂ ਨੇ ਦੱਸਣਾ ਹੈ ਕਿ ਇਸ ਬਾਊਲ ਵਿੱਚ ਪਈਆਂ ਬਾਲਸ ਨੂੰ ਚਮਚੇ ਨਾਲ ਇੱਕ ਇੱਕ ਕਰਕੇ ਇਹਨਾਂ ਛੋਟੇ ਬਾਊਲਸ ਵਿੱਚ ਕਿਵੇਂ ਪਾਉਣਾ ਸੋ ਇਹ ਪੂਰੀ ਤਰੀਕੇ 'ਤੇ ਤੁਹਾਡੇ ਦੋਵਾਂ ਟੀਮਾਂ 'ਤੇ ਨਿਰਭਰ ਹੈ ਕਿ ਤੁਸੀਂ ਕਿਸ ਤਰੀਕੇ ਆਪਣੇ ਟੀਮ ਮੈਂਬਰ ਨੂੰ ਇਹ ਦੱਸਦੇ ਹੋ ਸੋ ਤੁਹਾਡੇ ਕੋਲ ਟੋਟਲ 1 ਮਿੰਟ ਦਾ ਟਾਈਮਰ ਹੋਏਗਾ ਜਿਸ ਵਿੱਚ ਇਹ 5 ਬਾਊਲਸ ਵਿੱਚ ਇੱਕ ਇੱਕ ਬਾਲ ਆਉਣੀ ਚਾਹੀਦੀ ਹੈ ਚਮਚੇ ਦੇ ਨਾਲ ਸੋ ਹੁਣ ਪਹਿਲੇ ਦੋ ਕੰਟੈਂਡਰ ਦੋਵੇਂ ਭਰਾ ਹੈਗੇ ਨੇ ਤੇ ਤੁਸੀਂ ਦੋਵੇਂ ਆਪਣਾ ਸਲੀਪਿੰਗ ਮਾਸਕ ਪਾ ਸਕਦੇ ਹੋ ਦਿਖ ਰਿਹਾ ਵੈਸੇ ਇੰਨੇ ਸ਼ਰੀਫ ਜਿਹੇ ਨੇ ਜੇ ਦਿਖ ਵੀ ਰਿਹਾ ਹੋਵੇ ਤਾਂ ਵੀ ਮੈਂ ਮੰਨ ਲਵਾਂਗੀ ਨਹੀਂ ਦਿਖ ਰਿਹਾ ਚਲੋ ਜੀ ਸੋ
ਤੁਹਾਡਾ ਟਾਈਮਰ ਸ਼ੁਰੂ ਹੁੰਦਾ ਹੈ ਹੁਣ राउंड जीतया है जी सोनी जी ने बहुत बहुत हुण हैगी है जी दूसरे राउंड दी वारी सो दूसरे प्लेयर्स आ जाने इत्थे ते तुसी उधर शिफ्ट हो जाओ सो हुण दूसरे प्लेयर प्लीज तुसी अपने स्लीपिंग मास्क पा लो सो शुरुआत करदे आ तुसी अपनी गेम शुरू कर सकते हो हुण चलो सुपरस्टार नू दी टीम कोल दो पॉइंट्स हैगे ने पर मैं चाहनी हां कि तीसरा प्लेयर तद भी खेडे क्योंकि साड़ी सुपरस्टार नू दी वारी हले रहिंदी है घर दीआं दोवां नूहां दी वारी हले रहिंदी है ते आ जाओ जी सो दराणी जते जठानी जी तुसी प्लीज अपना स्लीपिंग मास चक लो सो चलो जी शुरुआत करदे हां साडे तीसरे राउंड दी दराणी जठानी साडे च हैगे ने तुहाडा टाइम शुरू हुंदा ए हुण चलो फड़ो विजेता टीम हैगी है जी सारी सुपरस्टार नू दी टीम सो अंताक्षरी दे जिहड़े रूल्स ने तुहानू समझा देनी आ
कुछ क्लूज मैं तुहाडे अगे रखांगी, तुहानू सिर्फ बुझना है कि वह किहड़ा क्लू है। जिहड़ी भी टीम नू लगदा है कि सानू इह गाणा आंदा है, तुसीं अपना हथ खड़ा करना है, गाने का नाम बोलना है, गाना गा देना है, वैरी सिंपल। हर सही गाना यानी कि एक पॉइंट, और अखीरी च जिहड़ी टीम कोल सब तो ज़्यादा पॉइंट्स होणगे उही करार होएगी साडी विजेता टीम। पहला क्लू हैगा जी, नजर जिगर रहता, गा दियो जी। नजर के सामने जिगर के पास कोई रहता है वो हो तुम। नजर के सामने जिगर के पास। वाओ, बहुत खूब। सो हुन अगला क्लू रख रही हूं तुहाडे अगे, हैगा जी मानता मुश्किल मोहब्बत। दिल है के मानता नहीं, मुश्किल बड़ी है रस्म मोहब्बत, ये जानता ही नहीं। हो अगला क्लू जी, चैन सजना बिना। सानू एक पल चैन नावे, सानू एक पल चैन नावे, सजना तेरे बिना, सजना तेरे बिना, सदा कल्या दिल नहीं लगना, सदा कल्या दिल नहीं लगना, सजना तेरे बिना, सजना तेरे बिना, बिना। बहुत खूब। अगला है क्या जी, कुड़ी मोहब्बत गम, गा दो कुड़ी, गा दो। एक कुड़ी जिदा ना मोहब्बत गुम है, गुम है, गुम है। गवाची लौंग इश्के, वेरी सिंपल। जे तू लौंग वे मैं लाची, तेरे पीछे आ गवाची, वे तू लौंग वे मैं लाची, तेरे पीछे आ गवाची, तेरे इश्के निवारी कुड़ी कच दी कवारी, वे मैं चंबे दे पहाड़ा वाली शाम वे मुंडिया, संदली संदली नैना विच तेरा नाम वे मुंडिया, संदली संदली नैना विच तेरा नाम वे मुंडिया। अगला क्लू हैगा जी, काले मुंह खंड, उड जा काले कावा तेरे मुंह विच खंड पावा, ले जा तू संदेशा मेरा मैं सदके जावा, बागों में फिर झूले पड़ गए पक गया मिठियां मियां, ये जे छोटी सी जिंदगी दे राता लम्बिया लम्बिया, तू घर आजा परदेसी तेरी मेरी इक जिंदगी, ओ घर आजा परदेसी के तेरी मेरी एक जिंदड़ी। शुक्रिया इन्नी सुरीली अंताक्षरी लई। सो इसलिए तुहानू एक तोहफा देना तां बनता है, सो प्लीज जी इन्हां दा तोहफा हाजिर कर दिओ। मैं ही उम्मीद करती हाँ कि अज इस हसदे खेलदे परिवार नू इन्हां दीआं कहानियां सुन के तुसीं अज अपने परिवार नाल भी बैठोगे, अपने किस्से भी सांझे करोंगे, अपनियां पुरानी यादां ताज़ियां करोंगे। उम्मीद करती हाँ तुहानू अज दा इह एपीसोड बेहद पसंद आया होएगा। अगले एपीसोड तक लई लै रही हां निक्की जिही इजाजत, तुहानू मिलवावांगी साडी अगली सुपरस्टार नू ते उहनां दे परिवार दे नाल। सो तुसीं वेखदे रहो साडा शो, तुहाडा शो सुपरस्टार नू। सत श्री अकाल, जिंदगी जिंदाबाद। जे तुसीं भी फीचर होना चाहते हो सुपरस्टार नू विच ते बनना चाहते हो साडे वड्डे जिहे परिवार का हिस्सा,
ਇਹ ਤੁਹਾਡੇ ਲਈ ਇੱਕ ਅਖੀਰਲਾ ਮੌਕਾ ਹੈ, ਲਾਸਟ ਓਪਰਚੁਨਿਟੀ ਹੈ ਇਸ ਸੀਜ਼ਨ ਦੀ। ਸੋ ਦਿੱਤੇ ਗਏ ਥੱਲੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ, ਸਾਨੂੰ ਕੰਟੈਕਟ ਕਰ ਸਕਦੇ ਹੋ।